ਇਸ ਸਹਿਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿੱਦਾਂ ਹੋ ਤੁਸੀਂ ਸਾਰੀ ਯੂਟਿਊਬ ਫੈਮਿਲੀ? ਆਈ ਹੋਪ ਵਧੀਆ ਹੋਵੋਗੇ ਜੀ, ਵਧੀਆ ਹੀ ਰਹਿਣਾ। ਮੈਂ ਹਾਂ ਤੁਹਾਡਾ ਆਪਣਾ ਅਨੁਜ। ਅੱਜ ਫੇਰ ਕਰਨ ਲੱਗੀ ਸੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਵਲੌਗ ਦੇ ਨਾਲ। ਮੈਂ ਜਸਟ ਹਾਲੇ ਉੱਠਿਆ ਹੀ ਹਾਂ, ਟਾਈਮ ਹੋ ਗਿਆ ਸਵੇਰ ਦਾ 4 ਵਜੇ ਦਾ। ਜਿੱਦਾਂ ਮੈਂ ਤੁਹਾਨੂੰ ਆਪਣੇ ਪਿਛਲੇ ਮੇਨ ਵਲੌਗ 'ਚ ਦੱਸਿਆ ਸੀ, ਮੈਂ ਆ ਚੁੱਕਿਆ ਆਪਣੀ ਹੋਮ ਟਾਊਨ, ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਪਟਿਆਲੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਮੱਥਾ ਟੇਕਣ, ਅਤੇ ਉੱਥੇ ਹੀ ਕਰਾਂਗੇ ਫਿਰ ਬ੍ਰੇਕਫਾਸਟ, ਅਤੇ ਸ਼ਾਮ ਨੂੰ ਹੈ ਇੱਕ ਸਰਪ੍ਰਾਈਜ਼ ਇਵੈਂਟ ਦੇਵਾਂਗੇ ਤੁਹਾਨੂੰ, ਉਹਦੀ ਡਿਟੇਲ ਵੀ ਵਲੌਗ ਐਂਡ ਤੱਕ ਜ਼ਰੂਰ ਦੇਖਿਓ। ਹੁਣ ਹੀ ਆਪਾਂ ਲੌਂਗ ਵਲੌਗ ਕਾਫੀ ਟਾਈਮ ਬਾਅਦ ਪਾ ਰਹੇ ਹਾਂ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਟਾਈਮ ਨਾ ਹੋਣ ਕਰਕੇ ਆਪਾਂ ਲੌਂਗ ਵਲੌਗ ਨਹੀਂ ਪਾ ਰਹੇ ਸੀ, ਪਰ ਤੋਂ ਅਸੀਂ ਯੂਟਿਊਬ ਸ਼ਾਰਟਸ ਦੇਖ ਰਹੇ ਸੀ। ਆਪਾਂ ਯੂਟਿਊਬ ਸ਼ਾਰਟਸ ਵੀ ਪਾ ਰਹੇ ਸੀ, ਡੇਲੀ ਬੈਡਮਿੰਟਨ ਖੇਡਣ ਜਾ ਰਹੇ ਸੀ, ਅਤੇ ਉਹਦੇ ਵਜ੍ਹਾ ਤੋਂ ਕੁਛ ਲੋਕ ਅਨਸਬਸਕ੍ਰਾਈਬ ਵੀ ਕਰ ਗਏ ਨੇ। ਪਰ ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਡੇਲੀ ਆਪਣਾ ਵਲੌਗ ਪਾਵਾਂ ਅਤੇ ਤੁਹਾਡੇ ਸਾਰਿਆਂ ਨਾਲ ਰੂਬਰੂ। ਸੋ ਜੀ ਆਪਾਂ ਹੋ ਗਏ ਹੁਣ ਰੈਡੀ, ਆਪਾਂ ਚੱਲੇ ਹਾਂ ਜੀ ਪਟਿਆਲੇ ਦੁੱਖ ਨਿਵਾਰਨ ਸਾਹਿਬ, ਅਤੇ ਸੋਚਿਆ ਤਾਂ ਸੀਗਾ 5:15 ਨਿਕਲ ਜਾਵਾਂਗੇ ਘਰੋਂ, ਪਰ ਤਿਆਰ ਹੁੰਦੇ ਹੁੰਦੇ ਸਾਨੂੰ ਵੱਜ ਗਈ 6:15, ਤਾਂ ਆਪਾਂ ਹੁਣ ਕਈ 7:15 7:30 ਆਪਾਂ ਪਹੁੰਚ ਜਾਵਾਂਗੇ ਪਟਿਆਲੇ, ਕਰਾਂਗੇ ਦਰਸ਼ਨ ਗੁਰੂ ਘਰ, ਫਿਰ ਕਰਾਂਗੇ ਬ੍ਰੇਕਫਾਸਟ। ਆਪਾਂ ਜੀ ਪਹੁੰਚ ਗਏ ਹਾਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲਾ, ਟਾਈਮ ਹੋ ਗਿਆ ਉਹੀ 7:30 ਆਪਾਂ ਪਹੁੰਚ ਗਏ ਇੱਥੇ। ਇੱਥੇ ਆ ਕੇ ਬਹੁਤ ਹੀ ਸਕੂਨ ਮਿਲਦਾ, ਬਹੁਤ ਹੀ ਸ਼ਾਂਤੀ ਮਿਲਦੀ ਹੈ। ਦਿਨ ਵੀ ਨਿਕਲ ਆਇਆ, ਆਪਾਂ ਜਦੋਂ ਨਿਕਲੇ ਸੀਗੇ ਉਸ ਵੇਲੇ ਰਾਤ ਸੀਗੀ, ਹਨੇਰਾ ਸੀਗਾ, ਹੁਣ ਦਿਨ ਚੜ੍ਹਿਆ, ਵਧੀਆ ਧੁੱਪ ਨਿਕਲੀ ਹੋਈ ਹੈ। ਅਤੇ ਗੁਰਦੁਆਰਿਆਂ 'ਚ ਤੁਹਾਨੂੰ ਪਤਾ ਹੀ ਹੈ ਸਫਾਈ ਦਾ ਬਹੁਤ ਖਾਸ ਧਿਆਨ ਰੱਖਿਆ ਜਾਂਦਾ, ਬਹੁਤ ਸਾਫ਼, ਦੇਖੋ ਸਾਰੀ ਜਗ੍ਹਾ ਕਿੰਨੀ ਸਾਫ਼ ਹੈ। ਸਵੇਰ ਨਾਲ ਹੀ ਸਾਰੇ ਸੇਵਾਦਾਰ ਲੱਗ ਜਾਂਦੇ ਨੇ ਸਾਫ਼ ਕਰਨ 'ਚ। ਆਹ ਦੇਖੋ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਆਪਾਂ ਪਹੁੰਚ ਗਏ ਹਾਂ ਜੀ, ਅਤੇ ਹੁਣ ਆਪਾਂ ਚੱਲੇ ਹਾਂ ਦਰਸ਼ਨ ਕਰਨ ਗੁਰੂ ਘਰ। ਜੀ ਤੁਸੀਂ ਵੀ ਕਰੋ ਦਰਸ਼ਨ ਗੁਰੂ ਘਰ ਦੇ, ਅੰਦਰ ਤਾਂ ਸ਼ੂਟਿੰਗ ਨਹੀਂ ਕਰਨ ਦਿੰਦੇ, ਮੈਂ ਬਾਹਰੋਂ ਹੀ ਕਰ ਰਿਹਾ ਸ਼ੂਟਿੰਗ। ਇਹ ਹੈ ਸਰੋਵਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਦਾ। ਬਾਬਾ ਜੀ ਆਉਂਦੇ ਹੋਏ ਨੇ ਇੱਥੇ, ਵੀਡੀਓ ਸ਼ੂਟ ਅਤੇ ਫੋਟੋ ਵਗੈਰਾ ਨਹੀਂ ਖਿੱਚਣ ਦਿੰਦੇ, ਫਿਰ ਵੀ ਅਸੀਂ ਥੋੜ੍ਹੀ ਜਿਹੀ ਵੀਡੀਓ ਸ਼ੂਟ ਕਰ ਲਈ ਹੈ। ਸਵੇਰ ਦਾ ਟਾਈਮ ਗੁਰਦੁਆਰੇ ਆ ਕੇ ਬਹੁਤ ਹੀ ਚੰਗਾ ਲੱਗਦਾ, ਬਹੁਤ ਹੀ ਮਨ ਨੂੰ ਸਕੂਨ ਸ਼ਾਂਤੀ ਮਿਲਦੀ ਹੈ। ਵਾਹਿਗੁਰੂ ਜੀ ਸਤਨਾਮ ਸਤਨਾਮ। ਹੁਣ ਆਪਾਂ ਚੱਲੇ ਹਾਂ ਜੀ ਕੜਾਹ ਪ੍ਰਸ਼ਾਦ ਲੈਣ, ਇਹਦੇ ਬਿਨਾਂ ਤਾਂ ਆਪਣੀ ਗੁਰਦੁਆਰਾ ਆਉਣ ਦੀ ਸਾਰੀ ਜਿਹੜੀ ਉਹ ਹੁੰਦੀ ਹੈ ਅਧੂਰੀ ਹੈ। ਕੜਾਹ ਪ੍ਰਸ਼ਾਦ ਦਾ ਜਿਹੜਾ ਸਵਾਦ ਹੁੰਦਾ ਨਾ, ਬਹੁਤ ਹੀ ਵਧੀਆ ਸਵਾਦ, ਦੇਸੀ ਘੀ ਦਾ ਕੜਾਹ ਪ੍ਰਸ਼ਾਦ। ਇਹ ਸਾਡੇ ਚਾਚਾ ਜੀ ਨੇ ਸਾਡੇ ਨਾਲ, ਇਹਨਾਂ ਨੇ ਲੈ ਲਿਆ ਕੜਾਹ ਪ੍ਰਸ਼ਾਦ, ਅਸੀਂ ਲੈਣ ਲੱਗੇ ਹਾਂ ਕੜਾਹ ਪ੍ਰਸ਼ਾਦ। ਸੋ ਆਇਆ ਜੀ ਗੁਰਦੁਆਰੇ ਦਾ ਨਿਸ਼ਾਨ ਸਾਹਿਬ,
ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸਦਾ ਨਿਸ਼ਾਨ ਸਾਹਿਬ ਕਿਉਂ ਬਣੇ ਹੁੰਦੇ ਸੀ ਪਹਿਲਾਂ ਦੇ ਟਾਈਮ 'ਚ ਜਦੋਂ ਕੋਈ ਯਾਤਰੀ ਰਾਹੀਂ ਬਾਹਰੋਂ ਆਉਂਦਾ ਸੀ ਉਹ ਉੱਤੇ ਦੇਖ ਕੇ ਉਹਨੂੰ ਸਮਝ ਆ ਜਾਂਦਾ ਸੀ ਕਿ ਇੱਥੇ ਗੁਰਦੁਆਰਾ ਤਾਂ ਹੀ ਨਿਸ਼ਾਨ ਸਾਹਿਬ ਬਣਿਆ ਹੁੰਦਾ ਸੀ ਜੀ। ਸੋ ਜੀ ਹੁਣ ਆਪਾਂ ਆ ਗਏ ਆਪਣੇ ਜੋੜੇ ਲੈਣ ਜੋੜਾ ਘਰ। ਇੱਥੇ ਵੀ ਲੋਕ ਬੜੇ ਦਿਲ ਨਾਲ ਸੇਵਾ ਕਰਦੇ ਨੇ ਜੋੜਾ ਘਰ ਦੇ, ਵੱਡੇ ਵੱਡੇ ਘਰਾਂ ਦੇ ਲੋਕ, ਵੱਡੇ ਵੱਡੇ ਅਮੀਰ ਲੋਕ ਵੀ ਆ ਕੇ ਗੁਰਦੁਆਰੇ 'ਚ ਜੋੜੇ ਦੀ ਸੇਵਾ ਕਰਦੇ ਨੇ, ਤਾਂ ਇਹ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ। ਹੁਣ ਆਪਾਂ ਆ ਗਏ ਜੀ ਨਾਸ਼ਤਾ ਕਰਨ। ਆਪਾਂ ਔਡਰ ਕੀਤੇ ਨੇ ਛੋਲੇ ਭਟੂਰੇ, ਆਪਾਂ ਆਏ ਜੀ ਪੰਜਾਬੀ ਸਵੀਟਸ। ਇਹ ਬਿਲਕੁਲ ਗੁਰਦੁਆਰੇ ਦੇ ਸਾਹਮਣੇ ਹੈ, ਤਾਂ ਸਾਨੂੰ ਪਹਿਲਾਂ ਤਾਂ ਲੱਗਿਆ ਕਿ ਇਹਨਾਂ ਦਾ ਖਾਣਾ ਠੀਕ ਨਹੀਂ ਹੋਏਗਾ ਅਤੇ ਟਾਈਮ ਵੀ ਬਹੁਤ ਲਾ ਰਹੇ ਸੀ, ਪਰ ਖਾਣਾ ਸਵਾਦ ਸੀਗਾ ਜੀ। ਸੋ ਜੀ ਆਪਾਂ ਹੋ ਗਏ ਹੁਣ ਰੈਡੀ, ਚੱਲਣਾ ਹੈ ਪਾਰਟੀ 'ਚ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਅੱਜ ਹੈ ਇੱਕ ਸਰਪ੍ਰਾਈਜ਼, ਅਤੇ ਹੁਣ ਮੈਂ ਕਰਨ ਲੱਗਿਆ ਉਹ ਸਰਪ੍ਰਾਈਜ਼ ਰਿਵੀਲ। ਅੱਜ ਹੈ ਜੀ ਸਾਡੇ ਚਾਚਾ ਚਾਚੀ ਦੀ 25th ਮੈਰਿਜ ਐਨੀਵਰਸਰੀ ਸਿਲਵਰ ਜੁਬਲੀ। ਅਸੀਂ ਚੱਲੇ ਹੁਣ ਪਾਰਟੀ 'ਚ, ਫਿਰ ਚੱਲ ਉੱਥੇ ਜਾ ਰਹੇ ਹਾਂ, ਤੁਹਾਨੂੰ ਮਿਲਦੇ ਹਾਂ ਫਿਰ ਉੱਥੇ ਜਾ ਕੇ। ਆਪਾਂ ਹੁਣ ਪਹੁੰਚ ਗਏ ਘਰੇ, ਟਾਈਮ ਹੋ ਗਿਆ ਜੀ ਰਾਤ ਦੇ 2 ਵਜੇ। ਹੁਣ ਮੈਂ ਅੱਜ ਥੱਕ ਵੀ ਬਹੁਤ ਗਿਆ ਤੇ ਨੀਂਦ ਵੀ ਬਹੁਤ ਆ ਰਹੀ ਹੈ, ਕਿਉਂਕਿ ਸਵੇਰ ਦੇ ਉੱਠੇ ਹੋਏ 4 ਵਜੇ ਦੇ। ਅੱਜ ਦਾ ਵਲੌਗ ਕਰਨ ਲੱਗੇ ਇੱਥੇ ਹੀ ਐਂਡ। ਟਿਲ ਦੈਨ ਤੁਸੀਂ ਆਪਣਾ ਖਿਆਲ ਰੱਖੋ ਜੀ, ਆਪਣੇ ਨੇੜੇ ਵਾਲਿਆਂ ਦਾ ਖਿਆਲ ਰੱਖੋ ਜੀ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁਖਾਇਆ ਨਾ ਜੀ। ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ।